ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ। ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋਗੇ, ਖੁਸ਼ਹਾਲ ਹੋਵੋਗੇ। ਮੈਂ ਵੀ ਬਿਲਕੁਲ ਠੀਕ ਹਾਂ। ਸਵੇਰ ਹੋ ਗਈ, ਟਾਈਮ ਹੋ ਗਿਆ 6:30 ਦਾ, 6:35 ਹੋ ਗਏ। ਅਤੇ ਹੁਣ ਮੈਂ ਜਾ ਰਹੀ ਹਾਂ ਕੱਪੜੇ ਧੋਣ। ਕੱਪੜੇ ਮਸ਼ੀਨ 'ਚ ਪਾਈ ਸੀ, ਜਦੋਂ ਮੈਂ ਉੱਠੀ ਸੀ ਨਾ ਉਹਦੀ ਮਸ਼ੀਨ ਮੈਂ ਔਨ ਕਰਤੀ ਸੀ। ਫੁੱਲੀ 'ਚ ਮੈਂ ਰਾਤ ਕੱਪੜੇ ਲੋਡ ਕਰਤੇ ਸੀ, ਪਰ ਚਲਾਈ ਮੈਂ ਸਵੇਰੇ, ਰਾਤ ਮੈਂ ਚਲਾਈ ਨਹੀਂ। ਉਦੋਂ ਵੀ ਸਰਕਲ ਖਤਮ ਹੋਣ ਵਾਲਾ ਹੋਊਗਾ। ਅਤੇ ਕੁਛ ਮੈਂ ਸੈਵੇਂ 'ਚ ਪਾ ਕੇ ਸੀ ਕੱਪੜੇ, ਪਤਾ ਹੀ ਹੈ ਜਿਵੇਂ ਹੁਣ ਗਏ ਸੀਗੇ ਤਾਂ ਇੰਨੇ ਕੱਪੜੇ ਨੇ, ਦਿਨਾਂ ਦੇ 1 ਵੀਕ ਦੇ ਕੱਪੜੇ ਹੈ ਨਾ ਹੋਏ ਪਏ ਨੇ। ਇਕੱਲੀਆਂ ਟੀ ਸ਼ਰਟਸ ਜਿਹੜੀਆਂ ਸੀ ਉਹ ਮੈਂ ਸੈਮੀ 'ਚ ਪਾਤੀਆਂ, ਕਿਉਂਕਿ ਬਹੁਤ ਸੋਫਟਲੀ ਮੈਂ ਉਹ ਧੋਣੀਆਂ ਸੀਗੀਆਂ। ਉੱਧਰ ਕੱਪੜਾ ਗੰਦਾ ਨਹੀਂ ਹੁੰਦਾ, ਮੈਲਾ ਨਹੀਂ ਹੁੰਦਾ। ਜੇ ਆਪਾਂ ਕਹੀਏ ਮੈਂ ਇੰਡੀਆ ਵਾਂਗੂ ਮੈਲ ਲੱਗ ਜਾਂਦਾ, ਮੈਲ ਨਹੀਂ ਲੱਗਦੀ ਕੱਪੜੇ 'ਤੇ, ਗੰਦਾ ਨਹੀਂ ਹੁੰਦਾ, ਜਾਂ ਸਟੱਫ ਨਾ ਹੁੰਦਾ ਵੀ ਠੀਕ ਆ, ਇੱਕ ਦਿਨ ਪਾ ਕੇ ਆਪਾਂ ਧੋ ਦਾਨੇ ਆ। ਅਤੇ ਫੁੱਲੀ ਵਿੱਚ ਮੈਂ ਪਾਏ ਨੇ ਲਾਈਕ ਪਜਾਮੇ, ਟਰਾਊਜ਼ਰਸ ਵਗੈਰਾ ਉਹ ਪਾਈਆਂ ਹੋਈਆਂ ਨੇ। ਹੁਣ ਮੈਂ ਜਾਂਦੀ ਹਾਂ ਕੱਪੜਿਆਂ ਵੱਲ, ਦੇਖਦੇ ਕੱਪੜੇ ਕੱਢਦੇ ਜਿਹੜੇ ਧੋਤੇ ਗਏ ਹੁਣ ਸਟਾਰਟ, ਬੈਕ ਟੂ ਰੂਟੀਨ ਹੈ ਨਾ, ਤਾਂ ਰੂਟੀਨ 'ਤੇ ਹੋਈ ਸ਼ੁਰੂ। ਬਹੁਤ ਇੰਜੋਏ ਕਰ ਲਿਆ, ਬਹੁਤ ਮਜ਼ੇ ਲੈ ਲਏ। ਹੁਣ ਆਉਣਾ ਵਾਪਸ ਰੂਟੀਨ 'ਤੇ, ਥੋੜ੍ਹੇ ਟਰੈਕ 'ਤੇ ਵਾਪਸ ਆਉਣਾ ਔਖਾ ਜਿਹਾ ਲੱਗਦਾ ਇੱਕ ਦਿਨ। ਕੁਛ ਇੱਧਰ ਵੈਦਰ ਚੇਂਜ ਵੀ, ਗਰਮੀ ਬਹੁਤ ਆਉਂਦੀ ਹੈ, ਉੱਧਰ ਪਸੀਨਾ ਨਹੀਂ ਬਿਲਕੁਲ ਨਹੀਂ ਆਉਂਦਾ ਸੀ। ਪਰ ਗਏ ਤਾਂ ਇੱਥੋਂ ਇਹ ਗੱਲ ਹੈਗੀ, ਪਰ ਇੱਕ ਦਿਨ ਥੋੜ੍ਹਾ ਜਿਹਾ ਮਹਿਸੂਸ ਜਿਹਾ ਹੋਊਗਾ ਗੰਦਾ, ਚਿਪ ਚਿਪ ਹੱਟ ਜਾਈ। ਦੇਖੋ ਫੇਸ ਵੀ ਮੇਰੇ ਤਾਂ ਰੰਗ ਵੀ ਨਹੀਂ, ਸਾਰਾ ਸਕਿਨ ਟੈਨ ਹੋ ਗਈ, ਕਾਲਾ ਕਾਲਾ ਲੱਗ ਰਿਹਾ ਮੂੰਹ, ਸਕਿਨ ਟੈਨ ਹੋ ਗਈ ਸਾਰੀ, ਉੱਧਰ ਬਰਨ ਹੋ ਗਈ ਸਕਿਨ। ਦੱਸ ਦੇਖਣਾ ਕੱਢੀ ਕੱਪੜੇ ਮਸ਼ੀਨ 'ਚੋਂ, ਉਹਨਾਂ ਦੇ ਕੱਪੜੇ ਧੋਤੇ ਗਏ, ਦੇਖ ਸਕਦੇ ਹੋ ਸਾਰੇ ਪਾਸੇ ਕੱਪੜੇ 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 ਕੱਪੜੇ। ਪਰ ਦੋ ਮਸ਼ੀਨਾਂ 'ਚ ਮੇਰਾ ਕੰਮ ਸੌਖਾ ਹੋ ਜਾਂਦਾ, ਫਿਰ ਦੋ ਮਸ਼ੀਨਾਂ 'ਚ ਨਾ ਟਾਈਮ ਨਹੀਂ ਲੱਗਦਾ, ਪਤਾ ਵੀ ਲੱਗਦਾ ਹੈਗਾ ਕੰਮ ਧੋਤੇ ਵੀ, ਕੱਪੜੇ ਤਾਂ ਜ਼ਰੂਰ ਜਾ। ਇੱਧਰ ਮੇਰਾ ਸਟੈਂਡ ਵੀ ਫੁੱਲ ਆ ਕੱਪੜਿਆਂ ਵਾਲਾ, ਨੀਚੇ ਤੱਕ ਫੁੱਲ ਅੱਜ ਬਿਲਕੁਲ। ਸੌਕਸ ਦੇ ਪੇਅਰ ਬਹੁਤ ਜ਼ਿਆਦਾ, ਹੈਂਕੀ, ਅੰਡਰ ਗਾਰਮੈਂਟਸ, ਹੈਂਡ ਟੋਵਲ, ਬਹੁਤ ਜ਼ਿਆਦਾ ਕੱਪੜੇ ਸੀ ਅੱਜ। ਕੱਪੜੇ ਹੋ ਕੇ ਡਨ, ਹੁਣ ਸਾਰੇ ਕੱਪੜੇ ਧੋਤੇ ਗਏ ਆ। ਡੂਟੀ ਕਰਦੀ ਆ, ਪਾਣੀ ਘਰ ਦਾ ਪਾਣੀ ਬਹੁਤ ਚੰਗਾ ਲੱਗਦਾ, ਉੱਧਰ ਪਾਣੀ ਦੇ ਟੇਸਟ ਫਰਕ ਪੈਂਦਾ, ਪਾਣੀ ਵੀ ਚੰਗਾ ਲੱਗਦਾ ਸੀ। ਠੀਕ ਹੈ, ਪਾਣੀ ਵੀ ਸਾਨੂੰ ਘਰ ਦਾ ਮਸਾ ਮਿਲ ਗਿਆ। ਪੰਜਾਬੀ ਕਿਚਨ ਵਿੱਚ ਦੇਖਦੇ ਕੀ ਕੰਮ ਆ ਕਿਚਨ ਦਾ ਕਰਨ ਵਾਲਾ, ਸ਼ੁਰੂ ਕਰਦਾ ਆਪਣਾ ਰੂਟੀਨ। ਕੱਪੜੇ ਧੋਣ ਤੋਂ ਬਾਅਦ ਨਾ ਮੈਂ ਆਪਣੇ ਰੂਮ ਦੀ ਬੈਡਸ਼ੀਟ ਚੇਂਜ ਕਰਨੀ ਸੀ, ਬੈਡਸ਼ੀਟ ਉਤਾਰ ਰਹੀ ਸੀ, ਮੈਨੂੰ ਆਇਆ ਸੀ ਇੱਕ ਵਾਰ ਬੈਡਸ਼ੀਟ ਚੇਂਜ ਕਰਦਾ, ਰੂਮ ਦੀ ਡਸਟਿੰਗ ਕਰਦਾ, ਫਿਰ ਥੋੜ੍ਹਾ ਅੱਛਾ ਜਿਹਾ ਲੱਗੂ, ਫਰੈਸ਼ ਆ ਫੀਲ ਹੋਊਗਾ। ਇੱਕਦਮ ਤਾਂ ਅੱਜ ਕੰਮ ਕਰਨ ਨੂੰ ਵੀ ਦਿਲ ਨਹੀਂ ਕਰ ਰਿਹਾ ਹੈਗਾ, ਸਮਝ ਨਹੀਂ ਆ ਰਿਹਾ ਕੰਮ ਕਿੱਥੋਂ ਸ਼ੁਰੂ ਕਰੀਏ ਕਿੱਥੋਂ ਨਾ ਕਰੀਏ। ਇੱਕਦਮ ਇੰਨੇ ਟਾਈਮ ਬਾਅਦ ਕੰਮ ਕਰਨਾ ਹੈ ਨਾ, 8-9 ਦਿਨ ਬਾਅਦ ਕੰਮ ਕਰ ਸ਼ੁਰੂ ਕਰਨ ਤੋਂ ਬਾਅਦ ਰੂਟੀਨ ਤਾਂ ਆਉਣਾ ਇੱਕਦਮ ਥੋੜ੍ਹਾ ਮੁਸ਼ਕਲ ਜਿਹਾ ਲੱਗ ਰਿਹਾ ਸੀ, ਪਰ ਥਕਾਵਟ ਵੀ ਬਹੁਤ ਜ਼ਿਆਦਾ ਹੋਈ ਪਈ ਸੀ। ਪਰ ਫਿਰ ਵੀ ਥੋੜ੍ਹਾ ਥੋੜ੍ਹਾ ਕਰਕੇ ਸ਼ੁਰੂ ਕਰਨਾ ਸੀ। ਕੱਪੜੇ ਮੈਂ ਧੋ ਲਏ ਸੀ ਜੇ, ਇੱਕ ਵਾਰ ਐਂ ਹੋ ਗਿਆ ਵੀ ਕੱਪੜਿਆਂ ਦਾ ਕੰਮ ਮੇਰਾ ਡਨ ਹੋ ਗਿਆ ਹੈ ਨਾ, ਹੁਣ ਚਲੋ ਡੇਲੀ ਰੂਟੀਨ ਵਾਲੇ ਹੋਇਆ ਕਰਾਂਗੇ, ਉਹ ਨਾਲ ਦੀ ਨਾਲ ਧੋਤੇ ਜਾਇਆ ਕਰਨਗੇ। ਜਿਹੜੇ ਜ਼ਿਆਦਾ ਕੱਪੜੇ ਸਾਡੇ ਟ੍ਰਿਪ ਵਾਲੇ ਉਹ ਮੈਂ ਸਾਰੇ ਧੋਤੇ। ਹੁਣ ਕਰਦੀ ਸੀ ਬੈੱਡਸ਼ੀਟ ਚੇਂਜ, ਬੈੱਡਸ਼ੀਟ ਚੇਂਜ ਕਰਨ ਤੋਂ ਬਾਅਦ ਮੈਂ ਕਿਹਾ ਚਲੋ ਰੂਮ ਦੀ ਡਸਟਿੰਗ ਵੀ ਕਰ ਦਿੰਦੀ ਹਾਂ। ਡਸਟਿੰਗ ਤਾਂ ਸਾਰੇ ਘਰ ਦੀ ਕਰਨੀ ਸੀ, ਫਿਰ ਮੈਂ ਕਿਹਾ ਅੱਜ ਤਾਂ ਮੈਂ ਸਿਰਫ ਆਪਣੇ ਰੂਮ ਦੀ ਡਸਟਿੰਗ ਕਰੂੰਗੀ, ਵੀ ਚਲੋ ਬਾਕੀ ਹੌਲੀ ਹੌਲੀ ਹੋ ਚੱਲੂਗਾ, ਰੂਟੀਨ 'ਤੇ ਆਵਾਂਗੇ। ਇੱਕਦਮ ਤਾਂ ਸ਼ੁਰੂ ਕਰਨ ਨਾਲ ਜ਼ਿਆਦਾ ਕੰਮ ਕਰਨਾ ਵੀ ਔਖਾ, ਆਪ ਨੂੰ ਥਕਾਵਟ ਹੋਈ ਪਈ ਸੀ। ਇਸ ਕਰਕੇ ਜ਼ਿਆਦਾ ਅੱਜ ਮੈਂ ਕੁਛ ਨਹੀਂ ਕਰਿਆ, ਸਿਰਫ ਕੱਪੜੇ ਧੋਤੇ ਨੇ, ਵੀ ਕੱਪੜੇ ਧੋ ਕੇ ਸੰਭਾਲ ਦੂੰਗੀ ਸਾਰੇ, ਜੋ ਕਿ ਪ੍ਰੈਸ ਵਾਲਾ ਹੋਇਆ ਪ੍ਰੈਸ ਹੋ ਜਾਊਗਾ, ਆਪਾਂ ਆਪਣੀ ਜਗ੍ਹਾ 'ਤੇ ਟਿਕਾਣਿਆਂ 'ਤੇ ਉਹਨਾਂ ਨੂੰ ਰੱਖ ਦੂੰਗੀ। ਵੀ ਇੱਕ ਵਾਰ ਕੰਮ ਸਾਡਾ ਹੌਲੀ ਹੌਲੀ ਰੂਟੀਨ 'ਤੇ ਆਜੂਗਾ, ਟਰੈਕ 'ਤੇ ਆਜੂਗੀ ਗੱਡੀ, 2-3 ਦਿਨ ਲੱਗਣਗੇ। ਅਤੇ ਬਾਕੀ ਕੰਮ ਫਿਰ ਚਲੋ ਡੇਲੀ ਰੂਟੀਨ 'ਚ ਆਪਣਾ ਰੂਟੀਨ ਬਣਿਆ ਕਰੂਗਾ, ਕਿਵੇਂ ਜੋ ਵੀ ਕੰਮ ਕਰਨਾ ਆਪਾਂ ਡੇਲੀ ਦੀ ਰੂਟੀਨ 'ਤੇ ਕੰਮ ਕਰਿਆ ਕਰਾਂਗੇ। ਇੱਕ ਤਾਂ ਨਾ ਵੈਦਰ ਚੇਂਜ ਕਰਕੇ ਵੀ ਥੋੜ੍ਹਾ ਜਿਹਾ ਔਖਾ ਲੱਗ ਰਿਹਾ ਸੀ ਕੰਮ ਕਰਨਾ, ਗਰਮੀ ਬਹੁਤ ਜ਼ਿਆਦਾ ਇੱਕਦਮ ਲੱਗ ਰਹੀ ਸੀ, ਕਿਉਂਕਿ 8-9 ਦਿਨ ਅਸੀਂ ਉੱਧਰ, ਦੂਸਰੀ ਆਪਣੇ ਨਾਲ ਚੇਂਜ ਸੀ ਵੈਦਰ ਉੱਧਰ ਰਹਿ ਕੇ, ਉੱਧਰ ਪਸੀਨਾ ਨਹੀਂ ਬਿਲਕੁਲ ਹੀ, ਸਾਨੂੰ ਆਇਆ ਗਰਮੀ ਨਹੀਂ ਲੱਗੀ, ਗਰਮੀ ਯਾਨੀ ਕਿ ਬਹੁਤ ਘੱਟ ਸੀਗੀ, ਟੈਂਪਰੇਚਰ ਦਾ ਕਾਫੀ ਫਰਕ ਸੀਗਾ, ਅਤੇ ਇੱਧਰ ਗਰਮੀ ਬਹੁਤ ਜ਼ਿਆਦਾ ਸੀਗੀ। ਬਾਕੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਅਸੀਂ ਬਿਲਕੁਲ ਠੀਕ ਠਾਕ ਘਰ ਆਏ, ਦੇਖੋ ਨਾ ਬਿਮਾਰ ਬਮੂਰ ਬਿਲਕੁਲ ਵੀ ਨਹੀਂ ਹੋਏ, ਮੇਨ ਗੱਲ ਤਾਂ ਇਹ ਹੈ ਜੀ, ਬਾਕੀ ਥਕਾਵਟ ਥਕੂਵਟ ਦਾ ਉੱਤਰ ਜੂ। ਟਾਈਮ ਹੋ ਗਿਆ 2:45 ਦਾ, 2:45 ਹੋਣ ਵਾਲੇ ਹੋਈ ਨਹੀਂ ਹੈਗੇ ਜੀ। ਮੈਂ ਲੈ ਕੇ ਆਈ ਕੌਫੀ ਕਰਕੇ, ਕੌਫੀ ਯਾਨੀ ਕਿ ਘਰ ਵਾਲੀ ਕੌਫੀ ਨੈਸਕੈਫੇ ਹੋਈ ਆ, ਉਹ ਮੇਰੀ ਖਤਮ ਹੋ ਗਈ, ਫਿਰ ਮੈਂ ਦੂਜੀ ਖੋਲੂ ਜਿਹੜੀ ਉੱਥੋਂ ਲੈ ਕੇ ਆਇਆ, ਉਹ ਫਿਰ ਖੋਲ ਕੇ ਮੈਂ ਕੰਟੇਨਰ 'ਚ ਪਾਉਂਗੀ। ਮੈਂ ਕਿਹਾ ਪਹਿਲਾਂ ਇਹ ਖਤਮ ਕਰ ਲਾਂ, ਨਹੀਂ ਖਰਾਬ ਹੋ ਜੂਗੀ। ਕਈਆਂ ਨੂੰ ਵੀਡੀਓ ਦੇਖ ਆਏ ਹੋ ਗਏ ਵੀ ਮੈਂ ਉਹ ਲੂ ਐਨੀਮਲ ਵਾਲੀ ਕੌਫੀ ਲੈ ਕੇ ਆਈ ਹਾਂ, ਮੈਂ ਉਹ ਵਾਲੀ ਕੌਫੀ ਨਹੀਂ ਲਈ, ਲੂ ਐਨੀਮਲ ਵਾਲੀ ਉਹ ਇੰਡੋਨੇਸ਼ੀਆ ਵਿੱਚ ਬਣਦੀ, ਆਪਣੇ ਇੰਡੀਆ ਵਿੱਚ ਨਹੀਂ ਬਣਦੀ, ਉੱਧਰ ਦੇ ਲੋਕ ਉਹਨੂੰ ਪੀਂਦੇ ਨੇ, ਆਪਣੇ ਇੰਡੀਆ ਵਿੱਚ ਨਹੀਂ ਉਹ ਹੈਗੀ, ਆਪਣੇ ਤਾਂ ਦੂਸਰੀ ਕੌਫੀ ਬੀਨਸ ਵਾਲੀ ਕੌਫੀ ਹੈ। ਔਰ ਵੈਸੇ ਉਹ ਸਟਰੋਂਗ ਬਹੁਤ ਜ਼ਿਆਦਾ ਲੱਗੀ ਮੈਨੂੰ, ਮੈਂ ਤਾਂ ਵੀ ਲਈ, ਮੈਂ ਦੂਸਰੀ ਲਈ ਹੈ ਜਿਹੜੀ ਆਪਣੀ ਕੌਫੀ ਨਾਲ ਸਿਮਿਲਰ ਕੌਫੀ ਹੈ, ਜਿਹੜੀ ਉਹਨਾਂ ਦੀ ਜਿਨਸੈਂਗ ਕੌਫੀ ਉਹ ਵਾਲੀ ਲਈ ਹੈ। ਮੈਂ ਪੀ ਰਹੀ ਕੌਫੀ, ਦਵਿੰਦਰ ਅੱਜ ਹੈ ਨਹੀਂ, ਉਹ ਕਹੇ ਹੋਏ ਮੰਮੀ ਨੂੰ ਛੱਡਣ, ਉਹ ਜਦੋਂ ਅਸੀਂ ਗਏ ਹੋਏ ਸੀ ਟ੍ਰਿਪ 'ਤੇ, ਮੇਰੇ ਮੰਮੀ ਉੱਥੋਂ ਵਾਲੇ ਅਤੇ ਇੱਥੋਂ ਵਾਲੇ ਮੰਮੀ, ਦੋਨੇ ਮੰਮੀ ਨੂੰ ਇਕੱਠੀਆਂ ਕਰ ਗਈਆਂ ਸੀ ਇੱਕ ਜਗ੍ਹਾ ਵੀ ਤੁਸੀਂ ਘਰ ਸਾਂਭ ਲਿਓ, ਉਹਨਾਂ ਨੂੰ ਛੱਡਣ ਗਏ ਨੇ ਅੱਜ ਆਉਣ ਵਾਲੇ ਨੇ। ਬਹੁਤ ਬਹੁਤ ਦਿਨਾਂ ਬਾਅਦ ਅੱਜ ਘਰ ਵਾਲੇ ਕੌਫੀ ਪੀ ਰਿਹਾ, ਉੱਥੇ ਨਾ ਨੈਸਕੈਫੇ ਕੌਫੀ ਨਹੀਂ ਹੈਗੀ, ਹੋਰ ਉਹਨਾਂ ਦੀ ਆਪਣੀਆਂ ਕੌਫੀਆਂ ਹੁੰਦੀਆਂ, ਆਪਣਾ ਤਾਂ ਟੇਸਟ ਨਹੀਂ ਉਹ ਬਣਦਾ ਹੈਗਾ।
ਹੌਲੀ ਹੌਲੀ ਪਤਾ ਲੱਗਦਾ ਅੱਗੇ ਤੁਸੀਂ ਕਿਤੇ ਇੰਟਰਨੈਸ਼ਨਲ ਜਾਵੇ ਆਪਦੇ ਟੀ ਬੈਗ ਆਪਦੀ ਕੌਫੀ ਜਿਹੜਾ ਤੁਹਾਡਾ ਟੇਸਟ ਉਹ ਨਾਲ ਲੈ ਕੇ ਜਾਓ ਬਾਕੀ ਚਲੋ ਸ਼ੂਗਰ ਕਰੀਮਰ ਹੁੰਦਾ ਜੋ ਵੀ ਉਹਨਾਂ ਦਾ ਉਹ ਆਪਾਂ ਨੂੰ ਮਿਲ ਜਾਂਦਾ ਜਾਂ ਮਿਲਕ ਪਾਊਡਰ ਵੀ ਤੁਸੀਂ ਆਪਣਾ ਲੈ ਜਾਂਦੇ ਨੈਸਲੇ ਦਾ ਹਨਾ ਉਹਨਾਂ ਦਾ ਕਈ ਵਾਰ ਦੂਸਰਾ ਹੁੰਦਾ ਗਾ ਨੋਨ ਡੇਅਰੀ ਹੁੰਦਾ ਗਾ ਇਸ ਕਰਕੇ ਉਹਦਾ ਟੇਸਟ ਵੀ ਨਹੀਂ ਬਣਦਾ ਸਾਡੇ ਉੱਥੇ ਜਿੰਨੇ ਦਿਨ ਅਸੀਂ ਰਹੇ ਹਾਂ 5-6 ਦਿਨ ਸਾਡੇ ਨਾ ਸਿਰ ਦੁਖਿਆ ਨਾ ਸਾਡੇ ਉੱਥੇ ਤੇਜ਼ਾਬ ਬਣਿਆ ਹਨਾ ਕੱਲ੍ਹ ਅਸੀਂ ਜਿਵੇਂ ਆਏ ਉਰੇ ਆਉਂਦੇ ਹੀ ਕੱਲ੍ਹ ਸਾਡੇ ਤੇਜ਼ਾਬ ਬਣਨ ਲੱਗ ਗਏ ਨਾ ਤੇਜ਼ਾਬ ਬਣਿਆ ਕੱਲ੍ਹ ਬਹੁਤ ਇੱਕ ਵਾਰ ਚਾਹ ਪੀਤੇ ਕੱਲ੍ਹ ਅਸੀਂ ਆ ਕੇ ਬਸ ਉਸ ਤੋਂ ਬਾਅਦ ਅੱਜ ਸਵੇਰ ਉੱਠ ਕੇ ਪੀਤੀ ਤੀਜੀ ਵਾਰ ਮੈਂ ਹੁਣ ਪੀ ਰਹੀ ਹਾਂ ਇੰਨਾ ਤੇਜ਼ਾਬ ਬਣਿਆ ਕੱਲ੍ਹ ਆ ਕੇ ਪਤਾ ਨਹੀਂ ਕੀ ਗੱਲ ਉੱਥੇ ਬਿਲਕੁਲ ਤੇਜ਼ਾਬ ਨਹੀਂ ਬਣਿਆ ਹੈਗਾ ਬਿਲਕੁਲ ਵੀ ਨਾ ਸਾਡਾ ਤਾਂ ਸਿਰ ਦੁਖਿਆ ਕੁਛ ਵੀ ਨਹੀਂ ਦੁਖਿਆ ਪਤਾ ਨਹੀਂ ਖਾਵਾ ਪਾਣੀ ਦਾ ਫਰਕ ਹੈ ਖਾਣ ਪੀਣ ਦਾ ਫਰਕ ਹੈ ਮੈਨੂੰ ਪਹਿਲਾਂ ਜਾਣ ਤੋਂ ਪਹਿਲਾਂ ਮੈਨੂੰ ਇੰਟੈਂਸ਼ਨ ਸੀ ਵੀ ਮੇਰਾ ਸਿਰ ਦੁੱਖ ਮਾਈਗ੍ਰੇਨ ਮੇਰਾ ਹੋਊਗਾ ਪਰ ਮੈਂ ਸਿਰਫ ਇੱਕ ਦਿਨ ਮੈਡੀਸਨ ਲਈ ਸੀ ਕਿ ਜਾਣ ਲੱਗੇ ਸਫ਼ਰ ਵਿੱਚ ਜਦੋਂ ਦੂਸਰੇ ਦਿਨ ਅਸੀਂ ਦੂਸਰਾ ਦਿਨ ਸ਼ੁਰੂ ਹੋ ਗਿਆ ਸਫ਼ਰ ਦਾ ਉਸ ਦਿਨ ਮੈਨੂੰ ਦਵਾਈ ਲੈਣੀ ਪਈ ਸੀ ਕਿਉਂਕਿ ਕੁਛ ਖਾਧਾ ਨਹੀਂ ਸੀ ਖਾਲੀ ਪੇਟ ਸੀ ਮੇਰਾ ਸਿਰ ਦੁੱਖਣ ਲੱਗ ਗਿਆ ਸੀਗਾ ਨਹੀਂ ਉਸ ਤੋਂ ਬਾਅਦ ਤਾਂ ਮੈਂ ਮਾਈਗ੍ਰੇਨ ਦੀ ਬਿਲਕੁਲ ਮੈਡੀਸਨ ਨਹੀਂ ਲਈ ਅਸੀਂ ਐਨੀਆਂ ਮੈਡੀਸਨ ਲੈ ਕੇ ਗਏ ਸੀ ਵੀ ਪਤਾ ਨਹੀਂ ਕਦੋਂ ਕਿਹੜੇ ਵੇਲੇ ਲੋੜ ਪੈ ਜੇ ਬਾਕੀ ਅਸੀਂ ਖਾਧਾ ਵੀ ਉੱਧਰ ਬਹੁਤ ਧਿਆਨ ਨਾਲ ਖਾਧਾ ਜਿਹੜੀ ਚੀਜ਼ ਸਾਨੂੰ ਐਂ ਲੱਗਦਾ ਸੀ ਵੀ ਠੀਕ ਹੈ ਹੈਲਦੀ ਹੈ ਉਹ ਹੀ ਅਸੀਂ ਖਾਧੀ ਸੀ ਨਹੀਂ ਜੀ ਵੀ ਹਰ ਇੱਕ ਚੀਜ਼ ਅਸੀਂ ਉੱਧਰ ਖਾਏਗੀ ਬਹੁਤ ਧਿਆਨ ਨਾਲ ਖਾਧਾ ਸੀਗਾ ਅਸੀਂ ਤਾਂ ਅਸੀਂ ਵੀ ਉਲਟ ਫੁਲਟ ਕੁਛ ਖਾ ਲਿਆ ਬਿਮਾਰ ਨਾ ਹੋ ਜਾਈਏ ਇਸ ਕਰਕੇ ਅਸੀਂ ਬਹੁਤ ਹੀ ਹਲਕਾ ਫੁਲਕਾ ਜਿਹਾ ਉੱਧਰ ਖਾਂਦੇ ਰਹੇ ਜ਼ਿਆਦਾਤਰ ਫਰੂਟਸ ਹੀ ਖਾਂਦੇ ਰਹੇ ਹਾਂ ਅਸੀਂ ਉੱਧਰ ਫਰੂਟਸ ਬ੍ਰੇਕਫਾਸਟ ਵਿੱਚ ਵੀ ਮਿਲ ਜਾਂਦੇ ਸੀ ਉਹ ਵੀ ਖਾ ਲਾਂਦੇ ਸੀ ਅਤੇ ਆਪਦੇ ਵੀ ਅਸੀਂ ਨਾਲ ਕੈਰੀ ਕਰਦੇ ਸੀਗੇ ਨਾ ਬਨਾਨਾ ਐਪਲ ਲੈ ਕੇ ਜਾਂ ਗਰੇਪਸ ਲੈ ਲੈਂਦੇ ਸੀਗੇ ਜਾਂ ਫਿਰ ਉਹ ਖਾ ਲਾਂਦੇ ਸੀ ਅਨਹੈਲਦੀ ਅਸੀਂ ਕੁਛ ਵੀ ਨਹੀਂ ਖਾਂਦੇ ਅਤੇ ਹੁਣ ਪੀ ਰਹੇ ਕੌਫੀ ਕੱਲ੍ਹ ਨੂੰ 14 ਤਰੀਕ ਅੱਜ 13 ਤਰੀਕ 14 ਤਰੀਕ ਨੂੰ ਕੱਲ੍ਹ ਨੂੰ ਹੈਗੀ ਸਾਡੀ ਐਨੀਵਰਸਰੀ ਇਹ ਵਲੋਗ ਸ਼ਾਇਦ ਤੁਹਾਨੂੰ 14 ਤੋਂ ਬਾਅਦ ਮਿਲੂਗਾ ਦੇਖਦੇ ਕਿਵੇਂ ਮਿਲੂਗਾ ਕੱਲ੍ਹ ਨੂੰ ਸਾਡੀ ਐਨੀਵਰਸਰੀ ਹੈ ਕਿਵੇਂ ਕੁਛ ਕਰਨਾ ਪਤਾ ਨਹੀਂ ਸੈਲੀਬ੍ਰੇਟ ਕਰਨੀ ਹੈ ਕਿ ਨਹੀਂ ਕਰਨੀ ਹੁਣ ਐਂ ਲੱਗਦਾ ਵੀ ਇੰਨੇ ਦਿਨ ਟ੍ਰਿਪ 'ਤੇ ਜਾਏ ਹੁਣ ਘਰ ਬਹਿ ਜਾਈਏ ਟਿੱਕੇ ਹੁਣ ਕਿਤੇ ਕੁਛ ਨਹੀਂ ਕਰਨਾ ਨਾ ਕੋਈ ਬਾਹਰ ਖਾਣ ਨੂੰ ਜੀ ਕਰਦਾ ਹੁਣ ਹੁਣ ਮੈਂ ਆ ਗਈ ਸੀ ਕਿਚਨ ਵਿੱਚ ਮੈਂ ਕਰ ਰਹੀ ਸਬਜ਼ੀ ਤਿਆਰੀ ਮੈਂ ਥੋੜ੍ਹਾ ਜਲਦੀ ਕਰਨ ਲੱਗ ਗਈ ਸਬਜ਼ੀ ਤਿਆਰੀ 3:30 ਵਜੇ ਮੈਂ ਕਿਚਨ ਵਿੱਚ ਆ ਗਈ ਸੀ ਇੰਨੀ ਜਲਦੀ ਕਿਉਂ ਆ ਗਈ ਸੀ ਕਿਉਂਕਿ ਨਾ ਮੈਂ ਰਾਜਮਾਂਹ ਭਿਉਂਤੇ ਸੀਗੇ ਦੁਪਹਿਰੇ ਭਿਉਂਤੇ ਸੀ ਦੁਪਹਿਰੇ ਮੀਨਸ 11 ਵਜੇ ਭਿਉਂਦੇ ਹੁਣ 11:30 ਰਾਜਮਾਂਹ ਭਿਉਂਤੇ ਸੀ ਮੈਂ ਕਿ ਹੁਣ ਮੈਂ ਉਹ ਕਰ ਲੈਂਦੀ ਹੈ ਸਬਜ਼ੀ ਬਣਾਉਣਾ ਕਿਉਂਕਿ ਰਾਜਮਾਂਹ ਜੇ ਆਪਾਂ ਪਹਿਲਾਂ ਬਣਾ ਕੇ ਰੱਖੇ ਤਾਂ ਜ਼ਿਆਦਾ ਟੇਸਟੀ ਲੱਗਦੇ ਨੇ ਅਤੇ ਆਪਾਂ ਬਣਾ ਕੇ ਤੁਰਤੀ ਉਹਨਾਂ ਨੂੰ ਇਕਦਮ ਖਾਲੀ ਨਾਲ ਦੇ ਨਾਲ ਉਨੇ ਜ਼ਿਆਦਾ ਵਧੀਆ ਨਹੀਂ ਟੇਸਟ ਨਹੀਂ ਲੱਗਦੀ ਸਬਜ਼ੀ 'ਚ ਟੇਸਟ 'ਚ ਨਹੀਂ ਬਣਦਾ ਹੈਗਾ ਮੈਨੂੰ ਐਂ ਹੁੰਦਾ ਪਹਿਲਾਂ 2-3 ਘੰਟੇ ਪਹਿਲਾਂ ਬਣਾ ਕੇ ਰੱਖਦਾ ਸਬਜ਼ੀ ਰਾਜਮਾਂਹ ਦੀ ਫਿਰ ਉਹ ਤਾਂ ਫਲੇਵਰ ਵਧੀਆ ਨਿਕਲ ਕੇ ਆਊਗਾ ਇਸ ਲਈ ਮੈਂ ਜਲਦੀ ਲੱਗ ਗਈ ਸਬਜ਼ੀ ਬਣਾਉਣ ਵਾਲੇ ਰਾਜਮਾਂਹ ਮੈਂ ਤਾਂ ਬਣਾ ਰਹੀ ਕਿਉਂਕਿ ਬੇਟੇ ਨੇ ਆਉਣਾ ਫਿਰ ਮੈਂ ਉਹਨੂੰ ਫੋਨ 'ਤੇ ਪੁੱਛਿਆ ਸੀਗਾ ਬੇਟਾ ਵੀ ਰਾਜਮਾਂਹ ਚਾਵਲ ਬਣਾਉਂਦਾ ਕਹਿੰਦਾ ਹਾਂ ਮੰਮਾ ਬਣਾ ਦਿਓ ਫਿਰ ਮੈਂ ਰਾਜਮਾਂਹ ਭੇਜਤੇ ਸੀ ਦੁਪਹਿਰੇ ਅਤੇ ਹੁਣ ਸ਼ਾਮ ਨੂੰ ਡਿਨਰ ਕਰਾਂਗੇ ਰਾਜਮਾਂਹ ਚਾਵਲ ਦਾ ਫੁਲਕਾ ਨਹੀਂ ਫਿਰ ਮੈਂ ਬਣਾਉਂਗੀ ਸਾਰੇ ਚਾਵਲ ਹੀ ਖਾ ਲੈਣਗੇ ਅਤੇ ਤੁਸੀਂ ਚਾਵਲ ਦਾ ਹੀ ਉਹ ਸੋਰੀ ਸਬਜ਼ੀ ਦਾ ਰਾਜਮਾਂਹ ਦਾ ਮਸਾਲਾ ਕਰ ਰਹੀ ਸੀ ਤਿਆਰ ਲਗਾਉਣ ਲੱਗੂੰਗੀ ਸਬਜ਼ੀ ਨੂੰ ਤੜਕਾ ਰਾਜਮਾਂਹ ਨੂੰ ਵੱਡੇ ਕੁੱਕਰ 'ਚ ਨਵੇਂ ਵਾਲੇ ਕੁੱਕਰ 'ਚ ਮੈਂ ਬੋਇਲ ਕਰ ਲਏ ਸੀ ਇਹ 'ਚ ਭਿੰਤੇ ਸੀ ਇਹ 'ਚ ਮੈਂ ਬੋਇਲ ਕਰ ਲਏ ਸੀ ਔਰ ਇਸ 'ਚ ਮੈਂ ਲਗਾ ਦੂੰਗੀ ਤੜਕਾ ਬਹੁਤ ਜ਼ਿਆਦਾ ਟੇਸਟੀ ਲੱਗਦਾ ਰਾਜਮਾਂਹ ਮੈਨੂੰ ਵੀ ਬਹੁਤ ਅੱਛੇ ਲੱਗਦੇ ਰਾਜਮਾਂਹ ਚਾਵਲ ਮੇਰੇ ਅਤੇ ਮੇਰੇ ਬੱਚਿਆਂ ਦੇ ਤਿੰਨਾਂ ਦੇ ਸਾਡੇ ਫੇਵਰੇਟ ਨੇ ਮੰਮੀ ਅਤੇ ਦਵਿੰਦਰ ਘੱਟ ਖਾਂਦੇ ਨੇ ਚਾਵਲ ਨਾਲ ਖਾ ਲੈਂਦੇ ਨੇ ਪਰ ਫੁਲਕੇ ਨਾਲ ਨਹੀਂ ਖਾਂਦੇ ਫੁਲਕੇ ਨਾਲ ਕਹਿਣਗੇ ਸਾਨੂੰ ਖਾਣੇ ਔਖੇ ਲੱਗਦੇ ਨੇ ਚਾਵਲ ਨਾਲ ਟੇਸਟੀ ਲੱਗਦੇ ਨੇ ਹੁਣ ਤਾਂ ਮੈਨੂੰ ਲੱਗਦਾ 5-6 ਮਹੀਨੇ ਹੋ ਗਏ ਸਾਨੂੰ ਕਿਲੋ ਰਾਜਮਾਂਹ ਹੀ ਨਹੀਂ ਖਤਮ ਹੋਣ ਜਾ ਰਹੇ ਹੈਗੇ ਉਦੋਂ ਤਾਂ ਕਿਲੋ ਪੈਣ ਮੈਂ ਧੁੱਪ ਲਵਾ ਲਾਂ ਨਹੀਂ ਰੱਖ ਦਿੰਦੀ ਵੀ ਖਰਾਬ ਨਾ ਹੋ ਜਾਣ ਔਰ ਉੱਧਰ ਮਸਾਲਾ ਬਣ ਰਿਹਾ ਸੀ ਰਾਜਮਾਂਹ ਦਾ ਨਾਲ ਦੇ ਨਾਲ ਮੈਂ ਕੰਮ ਹੋਰ ਲੱਭ ਲੈਂਦਾ ਹੁੰਦੀ ਕੀ ਕਰਨ ਵਾਲਾ ਚਾਹ ਪੱਤੀ ਪਾਲਣ ਡੱਬਾ ਨਾ ਖਾਲੀ ਪਿਆ ਸੀ ਰੀਫਿਲ ਕਰਨ ਵਾਲਾ ਸੀ ਉਹ ਮੈਂ ਕਰਦੀ ਸੀ ਰੀਫਿਲ ਪੱਤੀ ਡੱਬੇ ਵਿੱਚ ਭਰਤੀ ਖਤਮ ਹੋਈ ਪਈ ਸੀ ਔਰ ਇੱਧਰ ਨਮਕਦਾਨੀ ਵਿੱਚ ਖਤਮ ਹੋਇਆ ਪਿਆ ਸੀ ਉਹ ਮੈਂ ਨਮਕ ਰੀਫਿਲ ਕਰ ਰਹੀ ਸੀ ਹੈ ਨਾ ਇੱਦਾਂ ਫਿਰ ਨਾਲ ਦੇ ਨਾਲ ਆਪਾਂ ਥੋੜ੍ਹਾ ਥੋੜ੍ਹਾ ਕੰਮ ਹੋਰ ਕਰੀ ਚੱਲੀਏ ਆਪਣੇ ਕੰਮ ਵੀ ਘੱਟਦੇ ਜਾਂਦੇ ਹਾਂ ਔਰ ਆਪਣਾ ਟਾਈਮ ਵੀ ਨਹੀਂ ਵੇਸਟ ਹੁੰਦਾ ਕਿਚਨ 'ਚ ਖੜ੍ਹੇ ਆਉਂਦਾ ਜਿਵੇਂ ਮੈਂ ਮਸਾਲਾ ਭੁੰਨ ਰਹੀ ਹਾਂ ਨਾਲ ਨਾਲ ਮੈਂ ਹੋਰ ਕੰਮ ਕਰਤੇ ਉਹ ਐਂ ਵੀ ਮੈਨੂੰ ਪਤਾ ਲੱਗਦਾ ਹੈ ਨਾ ਮਸਾਲਾ ਕਦੋਂ ਭੁੰਨੇਗਾ ਵੇਟ ਨਹੀਂ ਕਰਨੀ ਪੈਂਦੀ ਯਾਨੀ ਕਿ ਉਹ ਟਾਈਮ ਵੀ ਨਿਕਲ ਜਾਂਦਾ ਕੰਮ ਵੀ ਬਣ ਜਾਂਦੇ ਨੇ ਅਤੇ ਇਹਦੇ ਨਾਲ ਨਾਲ ਮੈਂ ਮਸਾਲਾ ਭੁੰਨ ਰਹੀ ਕੜਛੀ ਮੰਨ ਰਹੀ ਨਾਲ ਨਾਲ ਮੈਨੂੰ ਹੋਰ ਕੰਮਾਂ ਵੱਲ ਮੇਰੀ ਨਿਗਮ ਜਿਹੜਾ ਵੀ ਕੰਮ ਮੈਂ ਕਰ ਸਕਦੇ ਹਾਂ ਇਸ ਟਾਈਮ 'ਤੇ ਖੜੀ ਖੜੀ ਨਾਲ ਨਾਲ ਮੈਂ ਉਹ ਕਰਦਾ ਮਸਾਲਾ ਭੁੰਨ ਹੋ ਗਿਆ ਸੀ ਇਹਦੇ ਵਿੱਚ ਹੁਣ ਪਾ ਰਹੀ ਸੀ ਮਸਾਲੇ ਰਾਜਮਾਂਹ ਵੀ ਨਾ ਕਈ ਤਰ੍ਹਾਂ ਦੇ ਹੁੰਦੇ ਨੇ ਵਰਾਇਟੀ ਆਫ ਰਾਜਮਾਂਹ ਹੁੰਦੇ ਨੇ ਅਤੇ ਅਸੀਂ ਰਾਜਮਾਂਹ ਬਣਾਉਂਦੇ ਰਾਜਮਾਂਹ ਚਿੱਤਰ ਇਹ ਰਾਜਮਾਂਹ ਚਿੱਤਰ ਜਿਹੜੇ ਥੋੜ੍ਹੇ ਵਾਈਟ ਜਿਹੇ ਹੁੰਦੇ ਨੇ ਅਤੇ ਮਸਾਲਾ ਭੁੰਨ ਗਿਆ ਮਸਾਲੇ ਸਭ ਕੁਛ ਇਹਦੇ ਵਿੱਚ ਮੈਂ ਐਡ ਕਰਤੇ ਗਰਮ ਮਸਾਲਾ ਨਮਕ ਮਿਰਚ ਮਸਾਲਾ ਹਲਦੀ ਮੈਂ ਇਹਦੇ ਵਿੱਚ ਪਾ ਦਾਂਗੇ ਪਾਣੀ ਰਾਜਮਾਂਹ ਵਾਲਾ ਪਾਣੀ ਜਿਹੜਾ ਪਹਿਲਾਂ ਮੈਂ ਯੂਜ਼ ਕਰਦੀ ਹੁੰਦੀ ਹਾਂ ਰਾਜਮਾਂਹ ਵਾਲਾ ਪਾਣੀ ਫਿਰ ਐਕਸਟਰਾ ਲੋੜ ਪਵੇ ਤਾਂ ਬਾਅਦ ਵੀ ਦੂਸਰਾ ਪਾਉਣੀ ਹੁੰਦੀ ਹੈ ਪਰ ਕਈ ਕਹਿੰਦੇ ਰਾਜਮਾਂਹ ਨੂੰ ਬਹੁਤ ਵੇਸਲ ਲਾਉਣੇ ਪੈਂਦੇ ਨੇ ਮੈਂ ਸਿਰਫ ਰਾਜਮਾਂਹ ਜਦੋਂ ਬੋਇਲ ਕਰਦੇ ਹਾਂ 1 ਵੇਸਲ ਵਿੱਚ ਬੋਇਲ ਹੋ ਜਾਂਦੇ ਨੇ ਰਾਜਮਾਂਹ
एक विसल में राजमा पूरी अच्छी तरह बॉयल हो जाए, ज़्यादा एक तो ज़्यादा विसल मैं लवाई नहीं कदे, यानी कि सब्जी बनाने तो पहला। हूँ जो सब्जी तड़का लगा के राजमा कुकर च पाती, तो फिर हूँ मैं एक विसल आ जूगी, एक विसल जो आ गई उस तो बाद मैं 10 मिनटा स्लो कर दूँगी सब्जी बिल्कुल सिम पर। 10 मिनट बाद विसल आवे चाहे ना आवे, मैं 10 मिनट बाद गैस बंद कर दिनी, यानी कि एक विसल बजवा दी हूँ फिर भी बंद कर दी हूँ बस। और कई कहते हैं बहुत टाइम लगता राजमा बनाने, बहुत विसलों लगते हैं, पर मैनू नहीं लगता भी इन्नी विसलों की लोड़ होंगी होंगी है। सब्जी बन गई तो मैं हूँ बना रही सेवियां, मैं चलो बेटा वो घर सेवियां बना लाने, सेवियां ना घर बनाई हुई सेवियां घर वटियां वटाइया हुई, यानी कि हो गई होने मैं लगता 2-3 साल सानू वटाइया, हाले साढ़े खत्म नहीं हुई सेवियां, बिल्कुल वधिया पईआं ने। पर मैं पहले इन्हों देसी घ्यो भुंदी हूँ, सूजी तो मैदे वाली सेवियां ने, इन्हों मैं भुन लाने देसी घ्यो भी थोड़े जो रोस्ट जो होकर कलर भी अच्छा हो जाता, फ्लेवर भी अच्छा आ जाता, हल्का ब्राउनिश जहा कलर आ जाता, फिर ये पा दी हूँ मैं दुध, तो इदा यही बना लाँगे तैयार कर लाँगे दुध वाली सेवियां। काफ़ी टाइम बाद बन रही ने, नहीं तो रोज़ रोज़ तो ही होंगे भी चलो की बनाई आपके वास्ते। हम देखो बेटा आ गया, इधर दविंदर बैठे थे तो मैं वो अगर ना चॉकलेट्स टॉफियाँ कैंडीज जो असं लैके आए थे, मैं अगे आके लिया के रखती, मैं कहे बेटा देख कर टेस्ट मैं तेनों की चो की अच्छा लगता की है ना, भी सारा कुछ असं तेरे वास्ते वधिया ही लेके आएंगे। वो खा खा देख रहे सारे टेस्ट करके देख रहा है, चॉकलेट्स कैंडीज जैलीस सारे मैं उन्होंने दिखा दी सी भी आह वाली असी लैके आए, आह वाली आए आए लैके आए, वो उतो लैके आए, वो टेस्ट कर रहे थे, ये टेस्ट कर रहा है, तो कह रहे थे मम्मा कुछ तो बिल्कुल सिक्किया ने, यानी कुछ फ्रूट्स वाली नैचुरल फ्रूट्स वाली ने, उस मीठा नहीं पाया हुआ। टाइम हो रहा 7:15 का, तो मैं ना हूँ राइस बनने घर कहीं राइस बनी जाते हैं, राजमा सब्जी बन गई सेवियां बन गई राइस बनी जाते हैं, सैलड कट्टा मैं उस तो बाद सिखाव खाना, फिर अब गुरप्रसाद भी आ गया हमने बैठे बैठे ना पता नहीं सलाह बना ली, तो फिर अब आ गए हूँ शाम खावे हूँ खाना मज़ा, वो कट्ठा खाना खाते हुए अब बच्चा भी घर जी लगता ना बद रौनक हो बच्चा ना करें, तो उन्हें मेरी लॉन्ड्री बकेट लिया के भरती कपड़े ने लैके आए गंदे सवेरे, फिर कपड़े धोगी मेरे पैर तो ना थले छाले हो गए माड़े दुख रहे, मैं तुरना भी औखा हो चप्पल पैर ला सा चुभता पता नहीं लगे कमें हो गए, पता ना उत्तर शूज़ पाई रखे ना हफ्ता हफ्ता लगातार शूज़ पाई रखे, जो शूज़ नहीं पाते फिर उत्तर तुरना औखा, फिर थकावट होंगी शूज़ ना पता नहीं थकावट नहीं होंगी पता ना लगता पा तुरे फिर देंगे कंफर्टेबल फील हों, तो शूज़ मैं पाई रखे उस करके मेरे पैर हो गए छाले, दो छाले तो बन के ठीक भी हो गए सुक गए तो फुट गए, यानी कि एक हूँ नवा हो रहा बहुत ज़्यादा दर्द कर रहा है, हो भी उंगलों के बचाने रहे। हाँ देखो आ भी छाला हो गया ठीक हो गया, आ हो सह भी ठीक हो गया, आ हूँ उरे नवा हो रहा है, आ दो उंगलों के बचाले ना आ नवा बन रहा छाला, आ बहुत दर्द करता पता नहीं, शूज़ भी मेरे बिल्कुल कंफर्टेबल से आए नहीं भी शूज़ मैंने टाइट से, इधर नहीं है इधर ठीक है नहीं एक पैर तो नहीं आ ठीक आ। कल हाँ साड़ी एनिवर्सरी 14 सितंबर की साड़ी मैरिज हो जाएंगे 21 साल बाईवा लग जाऊँ 21 साल हो जाएंगे, तो देख रहे कल की पहला साड़ा कोई प्रोग्राम है नहीं सर, हम गुरप्रसाद आ गया फिर सानू आई सी चल नाल बच्चे लै जाएंगे कितने घूमेंगे आउटिंग हो जूगी ना बच्चे के बहाने एनिवर्सरी के बहाने जिमें भी ला लो चलो फिर आए लग भी थोड़ा स्पैशल जहाँ डेयर जो आप बहुत डेयर करके आइए जो कुछ खा पी गए घूमे आइए देखा की प्रोग्राम बन रहा, सलाह कर रहे थे कि कल शाम को कुछ खा पी आवेंगे ना बेटे को घुमा लियावे ये आउटिंग हो जाए जो कुछ इन्हें कुछ चीज़ लैनी हो ले लो। लो जी डिनर तैयार है, अच्छ खावे राजमा चावल, मैनू बहुत पसंद है राजमा चावल, बस कोई खाता नहीं मैं तो नहीं बनाती होंगी, अच्छ गुरप्रसाद आ गया ना राजमा चावल बन गए मैं तो बहुत अच्छे लगते हैं, चलो खाइए शुरू करिए खाना। मैं हूँ दविंदर ले आई थी सेवियां पा के, मैं जो भी सेवियां या खीर बनावा मैं वो चीनी घट पाने होंगी यानी कि मीठा घट रखती हाँ ताकि उपर शक्कर पा के खाधी जाए वो टेस्टी लगती है, तो फिर नाल मैं शक्कर ले आई थी शक्कर पा के खाने उन्हें बहुत टेस्ट लगती है, कोई होर भी इस तरह साढ़े वागू शक्कर पा के खाता तो प्लीज़ कमेंट करके जरूर दस, खीर तो सेवियां शक्कर पा के बहुत टेस्टी लगती, ईवन दलिया भी दलिया बनाई दुध वाला उस भी आप उपर शक्कर पा दी बहुत ज़्यादा स्वाद लगता शक्कर ना बहुत ज़्यादा टेस्ट वधिया लगता मैं मैनू असी भी हूँ दविंदर आदत बन गई खाने की। चलो ठीक है जी ये साड़ी अज्ज वीडियो ना असं खाने सेवियां सेवियां खाने जाएगा डिनर हो गया बहुत टाइम बाद बनाई सेवियां बहुत बहुत महीनों का हो गया उन्होंने दो महीने काफ़ी टाइम बाद बनाई ने हम असं खाने सेवियां इस मेरा अज्ज वीडियो देखने थोड़ा बहुत 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 थैंक यू, वीडियो अच्छी लगी तो लाइक करना शेयर करना कमेंट करना चैनल में सबसक्राइब कर लो जिन्हें हूँ तक नहीं किया सबसक्राइब, तो मिलेंगे एक नवी वीडियो लैके सत श्री अकाल।